ਸਰੂਰ ਕਾਸਟ ਵਿੱਚ ਜਿਹੜੇ 2007 ਵਿੱਚ ਸ਼ਾਮਲ ਹੋਏ ਸੀਗੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜੇ ਕਹਿ ਲਓ ਸਾਰਾ ਹੀ ਯੋਗਦਾਨ ਜੇ ਕਹਿ ਲਈਏ ਅਤੇ ਉਹ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਹੀ ਇਹ ਸਾਰਿਆਂ ਨੇ ਕੇਸ ਜਿਹੜਾ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ ਸੀ ਅੱਜ ਗੁਰਦੀਪ ਜੀ ਇੱਥੇ ਜਦੋਂ ਆਏ ਨੇ ਅਤੇ ਅਸੀਂ ਉਹਨਾਂ ਨੂੰ ਸਪੈਸ਼ਲ ਆਇਆ ਹੋਇਆ ਨੂੰ ਜਿਹੜਾ ਚਾਹੁੰਦੇ ਸੀ ਕਿ ਪੰਜਾਬ ਵਿੱਚ ਆਏ ਗੁਰਦੀਪ ਜੀ ਉਹ ਸਨਮਾਨ ਜ਼ਰੂਰ ਦੇਣ ਸਾਡਾ ਫਰਜ਼ ਬਣਦਾ ਸੀ ਸਨਮਾਨ ਦੇਣਾ ਅਸੀਂ ਉਹ ਸਨਮਾਨ ਦੇਣ ਦੀ ਜਿਹੜੀ ਗੱਲ ਅੱਜ ਮੀਟਿੰਗ ਰੱਖੀ ਤਾਂ ਜੋ ਗੁਰਦੀਪ ਸਿੰਘ ਨੂੰ ਉਹ ਸਨਮਾਨ ਦਿੱਤਾ ਜਾ ਸਕੇ ਤਾਂ ਕਿਉਂਕਿ ਸਾਡਾ ਭਾਈਚਾਰੇ ਦਾ ਏਕਾ ਵੀ ਬਣਿਆ ਰਿਹਾ ਅਸੀਂ ਸਮਾਜਿਕ ਦੂਰੀਆਂ ਜਿਹੜੀਆਂ ਨੇ ਸਾਡੀਆਂ ਉਹ ਅਸੀਂ ਪਹਿਲਾਂ ਵੀ ਰਾਜ ਸਿੱਖ ਸਮਾਜ ਦਾ ਸਭ ਵੱਲੋਂ ਮਤਲਬ ਮਿਹਨਤ ਕਰਕੇ ਸਮਾਜ ਦੇ ਅੰਦਰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਹ ਹੋਰ ਇਹਨਾਂ ਤੋਂ ਸੇਧ ਲਵਾਂਗੇ ਤਾਂ ਜੋ ਅਸੀਂ ਹੋਰ ਸਮਾਜ ਦੇ ਅੰਦਰ ਚੰਗੀ ਤਰ੍ਹਾਂ ਠੀਕ ਤਰੀਕੇ ਨਾਲ ਜਿਹੜਾ ਕੰਮ ਕਰ ਸਕੀਏ। ਮੀਟਿੰਗ ਦਾ ਕੀ ਮੰਤਵ ਹੈ? ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਜਿਹੜਾ ਉਹ ਤਾਂ ਹੈਗਾ ਗੁਰਦੀਪ ਸਿੰਘ ਵਡਵਾਲ ਨੂੰ ਸਨਮਾਨਿਤ ਕਰਨਾ ਕਿਉਂਕਿ ਇਹਨਾਂ ਦੀ ਪ੍ਰਾਪਤੀ ਕਰਕੇ ਹੀ ਅਸੀਂ ਚਰੂਰ ਕਦਮ ਵਿੱਚ ਸ਼ਾਮਲ ਹੋਏ। ਦੂਜਾ ਮਤਲਬ ਅਸੀਂ ਜਿਹੜਾ ਇਹ ਸੀਗਾ ਕਿ ਅਸੀਂ ਸਮਾਜ ਸੇਵਾ ਦੇ ਤੌਰ 'ਤੇ ਜਿਵੇਂ ਅਸੀਂ ਕੰਮ ਸਾਰੇ ਕਰਦੇ ਹਾਂ ਅਤੇ ਇੱਕ ਸਾਡੀ ਭੈਣ ਔਰਤਾਂ ਦੇ ਵਿੱਚੋਂ ਵੀ ਜਿਹੜੀ ਉਹ ਕੰਮ ਕਰਨ ਲਈ ਉਹ ਜਿਹੜੀ ਉਹਨਾਂ ਨੇ ਹਿੰਮਤ ਕੀਤੀ ਹੈ ਅਸੀਂ ਉਹਨੂੰ ਵੀ ਚਾਹੁੰਦੇ ਹਾਂ ਕਿ ਗੁਰਦੀਪ ਸਿੰਘ ਤੋਂ ਅੱਜ ਉਹਨੂੰ ਆਸ਼ੀਰਵਾਦ ਲੈ ਕੇ ਦੇਵਾਂਗੇ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡੇ ਭਾਈਚਾਰੇ ਦੇ ਅੰਦਰ ਔਰਤਾਂ ਦੇ ਅੰਦਰ ਖਾਸ ਕਰਕੇ ਜਿਹੜੇ ਸਮਾਜਿਕ ਬੁਰਾਈਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਲਈ ਉਹ ਮਿਹਨਤ ਕਰ ਕੰਮ ਕਰ ਸਕਣ। ਅੱਜ ਮਮਦੋਟ ਵਿਖੇ ਰਾਏ ਸਿੱਖ ਸਮਾਜ ਸੁਧਾਰ ਸਭਾ ਦੀ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਕਾਮਰੇਡ ਹੰਸਾ ਸਿੰਘ ਦੀ ਅਗਵਾਈ ਹੇਠ ਮਾਤਾ ਨਹਿਰਾ ਵਾਲੀ ਦੇ ਅਸਥਾਨ ਤੇ ਹੋਈ। ਇਸ ਮੀਟਿੰਗ ਵਿੱਚ ਸ਼ੇਰ ਸਿੰਘ ਗੁਬਾਇਆ, ਸਾਬਕਾ ਮੈਂਬਰ ਪਾਰਲੀਮੈਂਟ ਹਰਬੰਸ ਸਿੰਘ, ਚੇਅਰਮੈਨ ਬਲਾਕ ਸਮਤੀ ਮਮਦੋਟ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਪੰਚ ਯੂਨੀਅਨ ਬਲਾਕ ਮਮਦੋਟ ਅਤੇ ਰਾਏ ਸਿੱਖ ਸਮਾਜ ਸੁਧਾਰ ਸਭਾ ਦੇ ਪੰਜਾਬ ਪ੍ਰਧਾਨ ਹੰਸਾ ਸਿੰਘ ਨੇ ਦੱਸਿਆ ਕਿ ਰਾਏ ਸਿੱਖ ਬਰਾਦਰੀ ਨੂੰ 30 ਅਗਸਤ 2007 ਵਿੱਚ SC ਜਾਤੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਹਨਾਂ ਦੱਸਿਆ ਰਾਏ ਸਿੱਖ ਬਰਾਦਰੀ ਨੂੰ SC ਜਾਤੀ ਵਿੱਚ ਸ਼ਾਮਿਲ ਕਰਾਉਣ ਲਈ ਗੁਰਦੀਪ ਸਿੰਘ ਵਡਵਾਲ, ਸਾਬਕਾ ਉਪ ਰਾਜਦੂਤ ਜਰਮਨੀ ਵੱਲੋਂ ਸਰਕਾਰੀ ਦਰਬਾਰੇ ਦਿਨ ਰਾਤ ਬਹੁਤ ਵਡਮੁੱਲਾ ਯੋਗਦਾਨ ਪਾਇਆ ਗਿਆ। ਉਹਨਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਰਾਏ ਸਿੱਖ ਬਰਾਦਰੀ ਨੂੰ SC ਜਾਤੀ ਵਿੱਚ ਸ਼ਾਮਿਲ ਕਰਾਉਣ ਲਈ ਹਰੇਕ ਆਗੂ ਦਾ ਯੋਗਦਾਨ ਰਿਹਾ ਹੈ, ਪਰ ਗੁਰਦੀਪ ਸਿੰਘ ਵਡਵਾਲ ਵੱਲੋਂ ਜੋ ਅਹਿਮ ਭੂਮਿਕਾ ਨਿਭਾਈ ਗਈ ਸੀ ਦੇ ਬਦਲੇ ਇਸ ਮੌਕੇ ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਵੱਲੋਂ ਗੁਰਦੀਪ ਸਿੰਘ ਵਡਵਾਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਜਿਹੜਾ ਇਹ ਸੰਘਰਸ਼ ਲੜਿਆ ਗਿਆ ਹੈ ਇਹ ਉਸਦੀ ਜਿੱਤਣ ਦੀ ਖੁਸ਼ੀ ਵਿੱਚ ਪਹਿਲੇ ਵੀ ਮਨਾਈ ਅਸੀਂ, ਪਰ ਅੱਜ ਖਾਸ ਤੌਰ 'ਤੇ ਮੈਂ ਪੰਜਾਬ ਵਿੱਚ ਮੇਰਾ ਟੂਰ ਸੀਗਾ ਚੰਡੀਗੜ੍ਹ ਲੁਧਿਆਣੇ ਦਾ, ਪੈਗਾਮ ਦੀ ਮੀਟਿੰਗ 'ਚ ਕਾਨਫਰੰਸ ਅਟੈਂਡ ਕਰਕੇ ਆਏ ਹਾਂ ਔਰ ਇਹ ਲੋਕਾਂ ਨੂੰ ਦੱਸਣ ਕਰਕੇ ਵੀ ਪੜ੍ਹਾਈ 'ਚ ਕਿਵੇਂ ਅੱਗੇ ਵਧਣਾ ਹੈ, ਪੈਦਾ ਕਿਵੇਂ ਬਣਾਇਆ, ਅਸੀਂ ਕਿਸ ਕਮਿਊਨਿਟੀ 'ਚ ਹਾਂ ਔਰ ਖਾਸ ਤੌਰ 'ਤੇ ਅਸੀਂ ਇਹ ਦੱਸਣ ਆਏ ਹਾਂ ਵੀ ਸਾਡਾ ਲੇਟ ਕੰਮ ਕਿਉਂ ਹੋਇਆ। 1950 ਵਿੱਚ ਹੋ ਜਾਣਾ ਸੀ, ਸਾਡੇ ਬਜ਼ੁਰਗਾਂ ਨੂੰ ਭੜਕਾਇਆ ਗਿਆ ਕਿ ਅਸੀਂ ਰਾਜਪੂਤ ਹਾਂ, ਅਸੀਂ ਅਕਬਰ ਨੂੰ ਡੋਲੇ ਨਹੀਂ ਦਿੱਤੇ ਅਤੇ ਇਸ ਕਰਕੇ ਸਾਡਾ ਕੰਮ ਉਸ ਵਕਤ ਹੀ ਹੋ ਜਾਣਾ ਸੀ, ਅੱਜ ਨਹੀਂ ਕਰਨ ਦੀ ਲੋੜ ਸੀ। ਅਸੀਂ ਲੋਕਾਂ ਨੂੰ ਸਮਝਾਉਣ ਆਏ ਹਾਂ, ਅਸੀਂ ਸ਼ਡਿਊਲ ਕਾਸਟ 'ਚ ਆ ਚੁੱਕੇ ਹਾਂ, ਅਸੀਂ ਸ਼ੁਰੂ 'ਚ ਹੀ ਉਹਨਾਂ ਦਾ ਸਾਡਾ ਮੁੱਢ ਹੈ, ਉਹਦੇ ਵਿੱਚੋਂ ਅਸੀਂ ਨਿਕਲੇ, ਸ਼ਡਿਊਲ ਕਾਸਟਾਂ 'ਚੋਂ ਉਹਨਾਂ ਨੀਵੇਂ ਜਾਤਾਂ 'ਚੋਂ ਨਿਕਲੇ, ਉਹਨਾਂ 'ਚ ਹੀ ਹਾਂ ਅਤੇ ਕਿਉਂਕਿ ਸਾਡੇ ਕੁਛ ਪੜ੍ਹੇ ਲਿਖੇ ਨੌਜਵਾਨ ਔਰ ਕੁਛ ਲੀਡਰ ਵੀ ਸਟੇਜਾਂ 'ਤੇ ਬੋਲਦੇ ਨੇ ਅਸੀਂ ਰਾਜਪੂਤ 'ਚ ਹਾਂ, ਇੱਕ ਪਾਸੇ ਅਸੀਂ ਸ਼ਡਿਊਲ ਕਾਸਟ ਦਾ ਹੱਕ ਵੀ ਹਾਸਲ ਕਰ ਲਿਆ, ਇੱਕ ਪਾਸੇ ਅਸੀਂ ਨੌਕਰੀਆਂ ਵੀ ਲੈ ਰਹੇ ਹਾਂ। ਇਸ ਜਿਹੜੀ ਚਰਚਾ ਨੂੰ ਥੰਮਣ ਲਈ ਮੈਂ ਸਪੈਸ਼ਲ, ਮੈਂ ਰਿਟਾਇਰ ਹੋਏ ਨੂੰ 12 ਸਾਲ ਹੋ ਗਏ, ਸਿਹਤ ਵੀ ਅਲਾਓ ਨਹੀਂ ਕਰਦੀ ਅਤੇ ਪੰਜਾਬ ਵਿੱਚ ਕੋਈ ਕੰਮ ਸੀ, ਇਸ ਕਰਕੇ ਤਾਂ ਮੈਨੂੰ ਆਉਣਾ ਪਿਆ ਔਰ ਇਸ ਵਿਸ਼ੇ ਨੂੰ ਲੈ ਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਵੇਅਰਨੈਸ ਕਰਨ ਲਈ ਖਾਸ ਤੌਰ 'ਤੇ ਇਸੇ ਮੁੱਦੇ 'ਤੇ ਆਇਆ। ਅੱਜ ਜਿਹੜਾ ਅਸੀਂ ਸਰਦਾਰ ਗੁਰਦੀਪ ਸਿੰਘ ਵਾਰਵਾਲ ਸਾਹਿਬ ਨੂੰ ਸਨਮਾਨਿਤ ਕੀਤਾ ਹੈ, ਉਸਦਾ ਕਾਰਨ ਹੈ ਕਿ ਸਾਡੀ ਰੈਸਿਕ ਕਮਿਊਨਿਟੀ ਜਿਹੜੀ ਪਿੱਛੇ ਬੈਕਵਰਡ ਕਲਾਸ 'ਚ ਸੀ, ਸਰਕਾਰਾਂ ਨੇ ਸਾਡੇ ਨਾਲ ਬੜਾ ਵੱਡਾ ਅਨਿਆਂ ਕੀਤਾ ਸੀ, ਉਹਦੀ ਲੜਾਈ ਜਿਹੜੀ ਹੈ ਸਭ ਤੋਂ ਬਾਅਦ ਅੱਗੇ ਹੋ ਕੇ ਜਿਹੜੀ ਉਹ ਸਰਦਾਰ ਗੁਰਦੀਪ ਸਿੰਘ ਨੇ ਲੜੀ ਹੈ। ਭਾਵੇਂ ਲੀਡਰ ਜੋ ਜਦੋਂ ਵੀ ਕੋਈ ਆਉਂਦਾ ਸੀ ਉਹਨੇ ਆਪਣੇ ਤਰੀਕੇ ਨਾਲ ਉਹ ਵੀ ਕੰਮ ਵੀ ਕੀਤੇ ਹੈ, ਪਰ ਉੱਥੇ ਦਿੱਲੀ ਦੇ ਵਿੱਚ ਇਹ ਫੋਰਨ ਐਮਬੈਸੀ ਦੇ ਵਿੱਚ ਕੰਮ ਕਰਦੇ ਸੀ, ਸਰਵਿਸ ਕਰਦੇ ਸੀ ਅਤੇ ਇਹਨਾਂ ਨੂੰ ਸਾਰੀ ਇਸ ਗੱਲ ਦਾ ਪਤਾ ਸੀ ਕਿ ਸਾਡੇ ਕੌਮ ਦੇ ਨਾਲ ਬਹੁਤ ਅਨਿਆਂ ਹੋਇਆ ਅਤੇ ਅਸੀਂ ਇਹਨੂੰ ਕਿਵੇਂ ਸਹੀ ਕਰਨਾ ਹੈ, ਔਰ ਉਹ ਸਮੇਂ ਮੁਤਾਬਕ ਜਿੱਥੇ ਵੀ ਇਹਨਾਂ ਦੀ ਕਿਤੇ ਲੋੜ ਪਈ ਹੈ ਉੱਥੇ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਾਡਾ ਕੇਸ ਜਿਹੜਾ ਫਾਈਟ ਕੀਤਾ ਔਰ ਉਸ ਨੂੰ ਅਸੀਂ 2007 ਦੇ ਵਿੱਚ ਕਾਮਯਾਬੀ ਹਾਸਲ ਕੀਤੀ ਕਿ ਅਸੀਂ ਜਿਹੜੇ ਬੈਕਵਰਡ ਕਲਾਸ ਤੋਂ ਰੈਸਿਕ ਕਮਿਊਨਿਟੀ ਹੈ ਉਹ ਸ਼ਡਿਊਲ ਕਾਸਟ ਦੇ ਵਿੱਚ ਉਹ ਚਲੀ ਗਈ। ਇਸ ਕਰਕੇ ਸਾਡਾ ਫਰਜ਼ ਬਣਦਾ ਸਾਰੀ ਕੌਮ ਦਾ ਕਿ ਅਸੀਂ ਇਹੋ ਜਿਹੇ ਮਾਣ
जो कौम के हीरे ने उन्होंने असी सन्मानित की अज वसी किया। तो कई नौजवान साढ़े जोड़े जॉब पर से उन्होंने ब्लैकमेल किया जाता सिरकी बंद बेस से, जो मेरे इस वीर ने साढ़े लिए किया अद बहुत रिनी हाँ, क्योंकि जो इन्होंने कर दिखाया वो शायद कोई भी ना करता। सारे भरावान की मेहनत वो ज़्यादा इन्हों की मेहनत है, तो मैं इन्हों का तय दिलों धन्यवाद करती हाँ, क्योंकि साड़ी आने वाली पीढ़ी में जोड़ा तोहफा है साथ। जो भी है आने वाले समय से असी जिस कैटागरी से असी उस कैटागरी आ गए, सानू माण महसूस होंगे कि असी सिरकी बंद हाँ तो सिरकी बंद रहेंगे। राय सिख बरादरी की औरतों की उत्साह कर रहे हो? हाँ जी बिल्कुल कर रही हूँ मैं। जोड़े भी रीति रिवाज ने साढ़े सिंपल साथ विह करो, सिंपल जोड़ा रीति रिवाज है, जितों तक मैं उन्होंने कह रही हूँ जोड़े फजूल खर्चे वो बंद किए जा, इसलिए मैं फुल जोर कर रही हूँ सेवा। तो हर एक औरत न मिल के मीटिंग कर रही हूँ, फजूल के खर्चों बारे समझा रही हूँ। भारत संदेश ममदोड़ तो जोगिंदर सिंह भोला की रिपोर्ट।